ਸਮਾਜਿਕ ਪਲਾਈਲੀ ਕੇਂਦਰ ਵੱਲੋਂ ਦੋ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਆਮ ਲੋਕਾਂ ਨਾਲ ਜੁੜੇ ਹੋਏ ਬਦਲਾਅ ਨੇ ਪਹਿਲਾ ਬਦਲਾਅ ਵਿਆਹ ਦੇ ਨਾਲ ਜੁੜਿਆ ਹੋਇਆ ਵਿਆਹ ਦੀ ਉਮਰ ਦੇ ਨਾਲ ਜੁੜਿਆ ਹੋਇਆ ਕੁੜੀਆਂ ਦੀ ਵਿਆਹ ਵਾਲੀ ਉਮਰ ਪਹਿਲੇ 18 ਸਾਲ ਕੀਤੀ ਗਈ ਸੀ ਕਾਨੂੰਨੀ ਤੌਰ ਤੇ ਤੇ ਹੁਣ ਉਸ ਨੂੰ ਵਧਾ ਕੇ 21 ਸਾਲ ਕਰ ਦਿੱਤਾ ਗਿਆ ਯਾਨੀ ਕਿ ਹੁਣ ਕੁੜੀਆਂ ਦੀ ਜੋ ਵਿਆਉਣ ਵਾਲੀ ਉਮਰ ਹੈ ਉਸ ਨੂੰ 21 ਸਾਲ ਕਰ ਦਿੱਤਾ ਜਾਏਗਾ ਇਹ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਲੇ ਪਾਸ ਹੋਣਾ ਬਾਕੀ ਹੈ 2020 ਵਿੱਚ ਲਾਲ ਕਿਲੇ ਵਿੱਚ ਪੀਐਮ ਮੋਦੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਮਾਜਿਕ ਭਲਾਈ ਲਈ ਇਹ ਸਟੈਪ ਚੱਕਿਆ ਜਾਏਗਾ ਤੇ ਹੁਣ ਆਖਿਰਕਾਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਹਾਲੇ ਸੰਸਦ ਵਿੱਚ ਪਾਸ ਹੋਣਾ ਬਾਕੀ ਹੈ ਤਾਂ ਵੱਡਾ ਅਪਡੇਟ ਹੈ ਇਸ ਵੇਲੇ ਦਾ ਜੇਕਰ ਤੁਸੀਂ ਵੀ ਆਪਣੀ ਕੁੜੀਆਂ ਨੂੰ ਵਿਆਹ ਬਾਰੇ ਸੋਚ ਰਹੇ ਹੋ ਤਾਂ ਉਹਨਾਂ ਦੀ ਉਮਰ ਦੇ ਵਿੱਚ ਬਦਲਾਅ ਹੋ ਗਿਆ ਕਾਨੂੰਨੀ ਤੌਰ ਤੇ ਬਦਲਾਅ ਹੋਣ ਜਾ ਰਿਹਾ ਹੈ 18 ਤੋਂ ਹੁਣ 21 ਸਾਲ ਕੁੜੀ ਦੀ ਉਮਰ ਕਰ ਦਿੱਤੀ ਗਈ ਹੈ ਵਿਆਹ ਲਈ ਮੁੰਡਿਆਂ ਦੀ ਉਮਰ ਪਹਿਲੇ ਵੀ 21 ਸਾਲ ਸੀ ਤੇ ਹੁਣ ਵੀ 21 ਸਾਲ ਹੀ ਹੈ ਕੁੜੀਆਂ ਦੀ ਉਮਰ 'ਚ ਬਦਲਾਅ ਕਰ ਦਿੱਤਾ ਗਿਆ ਹੈ ਇਸ ਕਰਕੇ ਕਿਉਂਕਿ ਹਰ ਸਾਲ 15 ਲੱਖ ਕੁੜੀਆਂ ਦਾ ਵਿਆਹ 18 ਤੋਂ ਘੱਟ ਉਮਰ ਵਿੱਚ ਹੋ ਰਿਹਾ ਸੀ ਤੇ ਇਸ ਦੇ ਨਾਲ ਹੀ 18 ਤੋਂ 21 ਸਾਲ ਦੀ ਉਮਰ ਦੇ ਵਿੱਚ 16 ਕਰੋੜ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਸੀ ਜੋ ਕਿ ਕਾਨੂੰਨੀ ਤੌਰ ਤੇ ਸਹੀ ਨਹੀਂ ਮੰਨਿਆ ਜਾ ਰਿਹਾ ਸੀ ਤਾਂ ਹੁਣੇ ਫੈਸਲਾ ਲਿਆ ਗਿਆ ਕਿ 21 ਸਾਲ ਇਹਨਾਂ ਦੀ ਉਮਰ ਕਰ ਦਿੱਤੀ ਜਾਵੇਗੀ ਤਾਂ ਹਾਲੇ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਹਾਲੇ ਇਹ ਪਾਸ ਹੋਣਾ ਬਾਕੀ ਹੈ ਇਸ ਦੇ ਨਾਲ ਹੀ ਵੋਟਰ ਆਈਡੀ ਨੂੰ ਆਧਾਰ ਕਾਰਡ ਦੇ ਨਾਲ ਜੋੜਨ ਦਾ ਵੀ ਫੈਸਲਾ ਲਿਆ ਗਿਆ ਜਿਸ ਦੇ ਨਾਲ ਆਮ ਲੋਕਾਂ ਨੂੰ ਰਜਿਸਟ੍ਰੇਸ਼ਨ ਦੇ ਹੋਰ ਮੌਕੇ ਮਿਲ ਸਕਣਗੇ ਇਹ ਦੋਨੋਂ ਜੋ ਬਿੱਲ ਨੇ ਇਹ ਜੋ ਹੁਣ ਸੰਸਦ ਸੈਸ਼ਨ ਹੋਣਾ ਹੈ ਜੋ ਨਵਾਂ ਪਾਰਲੀਮੈਂਟ ਸੈਸ਼ਨ ਹੋਣਾ ਹੈ ਇਹਦੇ ਵਿੱਚ ਇਹ ਪੇਸ਼ ਕੀਤੇ ਜਾਣਗੇ ਇਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਲੇ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜੇ ਪਾਸ ਹੁੰਦੇ ਨੇ ਤਾਂ ਇਹ ਦੋ ਵੱਡੇ ਬਦਲਾਅ ਹੋ ਸਕਦੇ ਨੇ ਪਹਿਲਾ ਕਿ ਕੁੜੀਆਂ ਦੀ ਵੋਟਣ ਵਾਲੀ ਉਮਰ 'ਚ ਬਦਲਾਅ ਹੋਏਗਾ ਵਿਆਹ ਵਾਲੀ ਉਮਰ 18 ਤੋਂ ਹੁਣ 21 ਸਾਲ ਕਰ ਦਿੱਤੀ ਗਈ ਹੈ। ਔਰਤ ਦੇ ਮੁੰਡੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਜੇਕਰ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਹੀ VOTER ID ਹੁਣ ਆਧਾਰ ਕਾਰਡ ਦੇ ਨਾਲ ਲਿੰਕ ਕੀਤੀ ਜਾਏਗੀ। ਤਾਂ ਵੱਡਾ ਅਪਡੇਟ ਹੈ ਸਵੇਰ ਵੇਲੇ ਦਾ ਦੋ ਵੱਡੇ ਬਦਲਾਅ ਕੇਂਦਰ ਸਮਾਜਿਕ ਭਲਾਈ ਲਈ ਕਰ ਰਿਹਾ ਹੈ ਤਾਂ 2020 ਪ੍ਰਧਾਨ ਮੰਤਰੀ ਵੱਲੋਂ 2020 ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਲਾਲ ਕਿਲੇ ਦੇ ਵਿੱਚ ਤੇ ਆਖਿਰਕਾਰ ਇਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਤੇ ਬਹੁਤ ਜਲਦ ਇਹ ਪਾਸ ਵੀ ਹੋ ਸਕਦਾ ਹੈ ਯੂਨੀਸੈਫ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ 15 ਲੱਖ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲੇ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ 1821 ਸਾਲ ਦੀ ਉਮਰ ਦੇ ਵਿੱਚ 16 ਕਰੋੜ ਕੁੜੀਆਂ ਦਾ ਵਿਆਹ ਹੋ ਰਿਹਾ ਹੈ ਤੇ ਇਸ ਨੂੰ ਰੋਕਣ ਲਈ ਕਿਉਂਕਿ ਉਮਰ ਬਹੁਤ ਘੱਟ ਹੁੰਦੀ ਹੈ ਤਾਂ ਇਸ ਨੂੰ ਰੋਕਣ ਲਈ ਸਮਾਜਿਕ ਪੱਧਰ 'ਤੇ ਵੱਡੇ ਦੋ ਫੈਸਲੇ ਲਏ ਜਾ ਰਹੇ ਨੇ ਤਾਂ ਜੇ ਹੁਣ ਇਹ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਪਾਸ ਹੋ ਜਾਂਦੇ ਨੇ ਤਾਂ ਬਹੁਤ ਜਲਦ ਹੀ ਕਾਨੂੰਨੀ ਤੌਰ 'ਤੇ ਵੀ ਇਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਤਾਂ ਜਲਦੇ ਦੋ ਵੱਡੇ ਬਦਲਾਅ ਆਮ ਲੋਕਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਸਮਾਜਿਕ ਪਲਾਈਲੀ ਕੇਂਦਰ ਵੱਲੋਂ ਦੋ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਆਮ ਲੋਕਾਂ ਨਾਲ ਜੁੜੇ ਹੋਏ ਇਹ ਬਦਲਾਅ ਨੇ ਪਹਿਲਾ ਬਦਲਾਅ ਵਿਆਹ ਦੇ ਨਾਲ ਜੁੜਿਆ ਹੋਇਆ ਵਿਆਹ ਦੀ ਉਮਰ ਦੇ ਨਾਲ ਜੁੜਿਆ ਹੋਇਆ ਕੁੜੀਆਂ ਦੀ ਵਿਆਹ ਵਾਲੀ ਉਮਰ ਪਹਿਲੇ 18 ਸਾਲ ਕੀਤੀ ਗਈ ਸੀ ਕਾਨੂੰਨੀ ਤੌਰ ਤੇ ਤੇ ਹੁਣ ਉਸ ਨੂੰ ਵਧਾ ਕੇ 21 ਸਾਲ ਕਰ ਦਿੱਤਾ ਗਿਆ ਯਾਨੀ ਕਿ ਹੁਣ ਕੁੜੀਆਂ ਦੀ ਜੋ ਵਿਆਹਣ ਵਾਲੀ ਉਮਰ ਹੈ ਉਸ ਨੂੰ 21 ਸਾਲ ਕਰ ਦਿੱਤਾ ਜਾਏਗਾ ਇਹ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਲੇ ਪਾਸ ਹੋਣਾ ਬਾਕੀ ਹੈ 2020 ਵਿੱਚ ਲਾਲ ਕਿਲੇ ਵਿੱਚ ਪੀਐਮ ਮੋਦੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਮਾਜਿਕ ਭਲਾਈ ਲਈ ਇਹ ਸਟੈਪ ਚੱਕਿਆ ਜਾਏਗਾ ਤੇ ਹੁਣ ਆਖਿਰਕਾਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਹਾਲੇ ਸੰਸਦ ਵਿੱਚ ਪਾਸ ਹੋਣਾ ਬਾਕੀ ਹੈ ਤਾਂ ਵੱਡਾ ਅਪਡੇਟ ਹੈ ਇਸ ਵੇਲੇ ਦਾ ਜੇਕਰ ਤੁਸੀਂ ਵੀ ਆਪਣੀ ਕੁੜੀਆਂ ਨੂੰ ਵਿਆਹ ਬਾਰੇ ਸੋਚ ਰਹੇ ਹੋ ਤਾਂ ਉਹਨਾਂ ਦੀ ਉਮਰ ਦੇ ਵਿੱਚ ਬਦਲਾਅ ਹੋ ਗਿਆ ਕਾਨੂੰਨੀ ਤੌਰ ਤੇ ਬਦਲਾਅ ਹੋਣ ਜਾ ਰਿਹਾ ਹੈ 18 ਤੋਂ ਹੁਣ 21 ਸਾਲ ਕੁੜੀ ਦੀ ਉਮਰ ਕਰ ਦਿੱਤੀ ਗਈ ਹੈ ਵਿਆਹ ਲਈ ਮੁੰਡਿਆਂ ਦੀ ਉਮਰ ਪਹਿਲੇ ਵੀ 21 ਸਾਲ ਸੀ ਤੇ ਹੁਣ ਵੀ 21 ਸਾਲ ਹੀ ਹੈ ਕੁੜੀਆਂ ਦੀ ਉਮਰ 'ਚ ਬਦਲਾਅ ਕਰ ਦਿੱਤਾ ਗਿਆ ਹੈ ਇਸ ਕਰਕੇ ਕਿਉਂਕਿ ਹਰ ਸਾਲ 15 ਲੱਖ ਕੁੜੀਆਂ ਦਾ ਵਿਆਹ 18 ਤੋਂ ਘੱਟ ਉਮਰ ਵਿੱਚ ਹੋ ਰਿਹਾ ਸੀ ਤੇ ਇਸ ਦੇ ਨਾਲ ਹੀ 18 ਤੋਂ 21 ਸਾਲ ਦੀ ਉਮਰ ਦੇ ਵਿੱਚ 16 ਕਰੋੜ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਸੀ ਜੋ ਕਿ ਕਾਨੂੰਨੀ ਤੌਰ ਤੇ ਸਹੀ ਨਹੀਂ ਮੰਨਿਆ ਜਾ ਰਿਹਾ ਸੀ ਤਾਂ ਹੁਣ ਇਹ ਫੈਸਲਾ ਲਿਆ ਗਿਆ ਕਿ 21 ਸਾਲ ਨਾ ਦੀ ਉਮਰ ਕਰ ਦਿੱਤੀ ਜਾਵੇਗੀ ਤਾਂ ਹਾਲੇ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਹਾਲੇ ਇਹ ਪਾਸ ਹੋਣਾ ਬਾਕੀ ਹੈ ਇਸ ਦੇ ਨਾਲ ਹੀ ਵੋਟਰ ਆਈਡੀ ਨੂੰ ਆਧਾਰ ਕਾਰਡ ਦੇ ਨਾਲ ਜੋੜਨ ਦਾ ਵੀ ਫੈਸਲਾ ਲਿਆ ਗਿਆ ਜਿਸ ਦੇ ਨਾਲ ਆਮ ਲੋਕਾਂ ਨੂੰ ਰਜਿਸਟ੍ਰੇਸ਼ਨ ਦੇ ਹੋਰ ਮੌਕੇ ਮਿਲ ਸਕਣਗੇ ਇਹ ਦੋਨੋਂ ਜੋ ਬਿੱਲ ਨੇ ਇਹ ਜੋ ਹੁਣ ਸੰਸਦ ਸੈਸ਼ਨ ਹੋਣਾ ਹੈ ਜੋ ਨਵਾਂ ਪਾਰਲੀਮੈਂਟ ਸੈਸ਼ਨ ਹੋਣਾ ਹੈ ਇਹਦੇ ਵਿੱਚ ਇਹ ਪੇਸ਼ ਕੀਤੇ ਜਾਣਗੇ ਇਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਾਲੇ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜੇ ਪਾਸ ਹੁੰਦੇ ਨੇ ਤਾਂ ਇਹ ਦੋ ਵੱਡੇ ਬਦਲਾਅ ਹੋ ਸਕਦੇ ਨੇ ਪਹਿਲਾ ਕਿ ਕੁੜੀਆਂ ਦੀ ਵੋਟਣ ਵਾਲੀ ਉਮਰ 'ਚ ਬਦਲਾਅ ਹੋਏਗਾ ਵਿਆਹ ਵਾਲੀ ਉਮਰ 18 ਤੋਂ ਹੁਣ 21 ਸਾਲ ਕਰ ਦਿੱਤੀ ਗਈ ਹੈ ਔਰ ਕੁੜੀ ਦੇ ਮੁੰਡੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਜੇਕਰ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਹੀ ਵੋਟਰ ਆਈਡੀ ਹੁਣ ਆਧਾਰ ਕਾਰਡ ਦੇ ਨਾਲ ਲਿੰਕ ਕੀਤੀ ਜਾਏਗੀ ਤਾਂ ਵੱਡਾ ਅਪਡੇਟ ਹੈ ਸਵੇਰ ਵੇਲੇ ਦਾ ਦੋ ਵੱਡੇ ਬਦਲਾਅ ਕੇਂਦਰ ਸਮਾਜਿਕ ਭਲਾਈ ਲਈ ਕਰ ਰਿਹਾ ਹੈ ਤਾਂ 2020 ਪ੍ਰਧਾਨ ਮੰਤਰੀ ਵੱਲੋਂ 2020 ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਲਾਲ ਕਿਲੇ ਦੇ ਵਿੱਚ ਤੇ ਆਖਿਰਕਾਰ ਇਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਤੇ ਬਹੁਤ ਜਲਦ ਇਹ ਪਾਸ ਵੀ ਹੋ ਸਕਦਾ ਹੈ ਯੂਨੀਸੈਫ ਦੇ ਅਨੁਸਾਰ ਭਾਰਤ ਵਿੱਚ ਹਰ ਸਾਲ 15 ਲੱਖ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲੇ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ 1821 ਸਾਲ ਦੀ ਉਮਰ ਦੇ ਵਿੱਚ 16 ਕਰੋੜ ਕੁੜੀਆਂ ਦਾ ਵਿਆਹ ਹੋ ਰਿਹਾ ਹੈ ਤੇ ਇਸ ਨੂੰ ਰੋਕਣ ਲਈ ਕਿਉਂਕਿ ਉਮਰ ਬਹੁਤ ਘੱਟ ਹੁੰਦੀ ਹੈ ਤਾਂ ਇਸ ਨੂੰ ਰੋਕਣ ਲਈ ਸਮਾਜਿਕ ਪਲਾਈ ਲਈ ਵੱਡੇ ਦੋ ਫੈਸਲੇ ਲਏ ਜਾ ਰਹੇ ਨੇ ਤਾਂ ਜੇ ਹੁਣ ਇਹ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਪਾਸ ਹੋ ਜਾਂਦੇ ਨੇ ਤਾਂ ਬਹੁਤ ਜਲਦ ਹੀ ਕਾਨੂੰਨੀ ਤੌਰ ਤੇ ਵੀ ਇਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਤਾਂ ਜਲ ਦੇ ਦੋ ਵੱਡੇ ਬਦਲਾਵ ਆਮ ਲੋਕਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ